ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ, ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ, ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ, ਨੈਬ ਅੱਖਾਂ ਵਾਲੀ ਵਾਲੇ ਜਿੰਦਾ ਕੰਧਾਂ ਚ ਖਲੋ ਗਈਆਂ, ਤਾਂ ਹੀ ਮਜ਼ਬੂਤ ਨੀਹਾਂ ਸਿੱਖੀ ਦੀਆਂ ਹੋ ਗਈਆਂ। ਮੈਂ ਜਦੋਂ ਛੋਟਾ ਹੁੰਦਾ ਸੀ 2.5 ਸਾਲ ਦਾ, ਅਤੇ ਉਦੋਂ ਬਚਪਨ ਵਿੱਚ ਪਾਪਾ ਜਿੱਦਾਂ ਕਵੀਸ਼ਰੀ ਜਿੱਦਾਂ ਸੀਡੀਜ਼ ਵਗੈਰਾ ਆਉਂਦੀਆਂ ਸੀ, ਤਾਂ ਉਹਨਾਂ ਤੋਂ ਸੁਣ ਸੁਣ ਕੇ ਜਿੱਦਾਂ ਮਨ 'ਚ ਚਾਅ ਹੁੰਦਾ ਸੀ ਵੀ ਕਵੀਸ਼ਰੀ ਕਰਨੀ ਹੈ ਜਾਂ ਢਾਡੀ ਵਾਰਾਂ ਗਾਉਣੀ। ਫਿਰ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ 'ਚ ਇੱਕ ਪ੍ਰੋਗਰਾਮ ਸੀ, ਅਤੇ ਉਦੋਂ ਮੇਰੀ ਉਮਰ 3-4 ਸਾਲ ਦੇ ਨੇੜੇ ਸੀ, ਅਤੇ ਉਦੋਂ ਮੈਂ ਆਪਣੀ ਪਹਿਲੀ ਸਟੇਜ ਜਿਹੜੀ ਕਵਿਤਾ ਗਾਈ ਸੀ ਉਹ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗਾਈ ਸੀ। ਜਿਵੇਂ ਤੁਸੀਂ 2.5 ਸਾਲ ਤੋਂ ਕਵਿਸ਼ਰੀ ਕਰਦੇ ਆ ਰਹੇ ਹੋ, ਫਿਰ ਤੁਸੀਂ ਮਤਲਬ ਤੁਹਾਡੀ ਉਮਰ ਹਾਲੇ ਕਾਫੀ ਛੋਟੀ ਹੈ, ਫਿਰ ਸਕੂਲ ਵੀ ਜਾਣਾ, ਉਹ ਤੁਸੀਂ ਸਾਰਾ ਕਿਵੇਂ ਤੁਸੀਂ ਦੇਖਦੇ ਹੋ, ਕਿਵੇਂ ਕਰਦੇ ਹੋ, ਕਿਉਂਕਿ ਸਕੂਲ ਤਾਂ ਜਾਂਦੇ ਹੋਗੇ ਨਾ ਜਿਹੜੀ ਜਨਰਲ ਐਜੂਕੇਸ਼ਨ ਲੈਣ ਵਾਸਤੇ? ਅਤੇ ਸਕੂਲ ਵੀ ਸਾਡਾ ਬਹੁਤ ਸਾਥ ਦਿੰਦਾ ਇਹਨਾਂ ਚੀਜ਼ਾਂ ਵਾਸਤੇ, ਜਿੱਦਾਂ ਕੋਈ ਸਕੂਲ ਵੱਲੋਂ ਕੰਪੀਟੀਸ਼ਨ 'ਤੇ ਜਾਣਾ ਹੁੰਦਾ ਤਾਂ ਸਕੂਲ ਵੱਲੋਂ ਅਸੀਂ ਜਾਂਦੇ ਹਾਂ, ਅਤੇ ਸਕੂਲ ਦੇ ਵਿੱਚ ਪਰਫੋਰਮੈਂਸ ਵੀ ਕਰਦੇ ਹਾਂ ਅਸੀਂ, ਅਤੇ ਸਕੂਲ ਸਾਡਾ ਬਹੁਤ ਸਾਥ ਦਿੰਦਾ। ਫਿਰ ਜਿਹੜੀ ਕਵਿਸ਼ਰੀਆਂ ਨੇ ਜੋ ਤੁਹਾਨੂੰ ਤੁਸੀਂ ਪੜ੍ਹਦੇ ਹੋ, ਤੁਹਾਨੂੰ ਯਾਦ ਕਰਨੀਆਂ ਪੈਂਦੀਆਂ ਨੇ ਜਾਂ ਤੁਸੀਂ ਕਾਪੀ ਤੋਂ ਵੀ ਪੜ੍ਹ ਕੇ ਕਰਦੇ ਹੋ? ਅਤੇ ਮੈਂ ਜਿਹੜਾ ਮੇਰਾ ਵੱਡਾ ਭਰਾ ਹੈ, ਇਹਦੇ ਨਾਲ ਅਸੀਂ ਜਦੋਂ ਪ੍ਰਸੰਗ ਦੀ ਪ੍ਰੈਕਟਿਸ ਕਰਦੇ ਪਹਿਲਾਂ ਇਹ ਲਿਖਦਾ, ਉਸ ਤੋਂ ਬਾਅਦ ਮੈਂ ਨਾਲ ਵੀ ਸੁਣਦਾ ਵੀ ਰਹਿੰਦਾ ਹਾਂ ਵੀ ਕਿਹੜਾ ਪ੍ਰਸੰਗ ਕਿਵੇਂ ਆ, ਫਿਰ ਟਿਊਨ ਯਾਦ ਹੋ ਜਾਂਦੀ ਹੈ, ਫਿਰ ਇਹ ਮੈਨੂੰ ਬਾਅਦ 'ਚੋਂ ਸਾਰਾ ਪੜ੍ਹ ਕੇ ਫਿਰ ਸਾਨੂੰ ਗਾਣਾ ਸਿਖਾਉਂਦਾ ਵੀ ਇਹਦੀ ਆਹ ਟਿਊਨ ਆ, ਆਹ ਟਿਊਨ ਆ। ਅਤੇ ਬਾਕੀ ਕਈ ਬੱਚੇ ਜਿਹੜੇ ਹੁੰਦੇ ਨੇ ਉਹ ਬਾਹਰ ਖੇਡਾਂ ਖੇਡਦੇ ਨੇ ਵੀਡੀਓ ਗੇਮ ਜਾਂ ਮੋਬਾਈਲ 'ਤੇ, ਕੀ ਤੁਸੀਂ ਉੱਥੇ ਵੀ ਕੁਛ ਸਮਾਂ ਦਿੰਦੇ ਹੋ ਜਾਂ ਨਹੀਂ, ਉੱਥੇ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ? ਵੀ ਜਿਹੜੇ ਮੈਂ ਕਹਿੰਦਾ ਵੀ ਲੱਚਰ ਗੀਤ ਗਾਉਂਦੇ ਨੇ ਜਾਂ ਸੁਣਦੇ ਨੇ, ਗੁਰੂ ਸਾਹਿਬ ਜੀ ਨੇ ਸਾਨੂੰ ਐਡਾ ਵੱਡਾ ਬਹੁਮੁੱਲਾ ਖਜ਼ਾਨਾ ਜਿਹੜਾ ਬਖਸ਼ਿਸ਼ ਕੀਤਾ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਹ ਵੀ 31 ਰਾਗਾਂ ਦੇ ਵਿੱਚ ਹੈ, ਅਤੇ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਕਿੱਡਾ ਸਾਡੇ ਮਨ ਨੂੰ ਜਿਹੜੀ ਸ਼ਾਂਤੀ ਆ ਉਹ ਮਿਲਦੀ ਆ। ਅਤੇ ਪਰ ਅਸੀਂ ਉਹ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਨਾ ਵੀ ਸਤਿਗੁਰੂ ਬਾਅਦ 'ਚੋਂ ਹੋਰ ਕੱਚੀ ਹੈ ਬਾਣੀ, ਅਤੇ ਪਹਿਲਾਂ ਜਦੋਂ ਪੁਰਾਣਾ ਸਮਾਂ ਹੁੰਦਾ ਸੀ ਸਾਨੂੰ ਅੱਜ ਵੀ ਯਾਦ ਹੈ, ਸਾਡੇ ਦਾਦੀ ਜੀ ਜੇ ਉਹਨਾਂ ਨੇ ਰਸੋਈ 'ਚ ਕੰਮ ਕਰਨਾ ਦੁੱਧ ਰਿੜਕਣਾ ਹੈ ਅਤੇ ਸਾਡੇ ਮਾਤਾ ਜੀ ਪਾਠ ਨਹੀਂ ਸੀ ਕਰਦੇ ਤਾਂ ਵਾਹਿਗੁਰੂ ਕਰੀ ਜਾਂਦੇ ਸੀ, ਤਾਂ ਉਹਦਾ ਅਸਰ ਖੁਰਾਕ 'ਤੇ ਜਾਂਦਾ ਸੀਗਾ ਤਾਂ ਬੱਚਿਆਂ 'ਚ ਵੀ ਜਾਂਦਾ ਸੀਗਾ। ਤਾਂ ਇਹ ਕਿਹਾ ਜਾਂਦਾ ਕਿ ਜੈਸਾ ਆਨ ਤੈਸਾ ਮਨ। ਹਾਂਜੀ, ਅੱਜ ਮਾਵਾਂ ਮੋਬਾਈਲ ਫੋਨ 'ਤੇ ਲੱਗੀਆਂ ਹੁੰਦੀਆਂ ਨੇ, ਨਾਲੇ ਰੋਟੀ ਬਣਾਉਂਦੀਆਂ ਨੇ, ਫਿਰ ਉਹੀ ਕੁਛ ਬੱਚਿਆਂ ਦੇ ਵਿੱਚ ਜਾਂਦਾ ਪ੍ਰਵੇਸ਼ ਹੁੰਦਾ। ਜਦੋਂ ਇਹਦਾ ਜਨਮ ਹੋਣਾ ਸੀ ਇਹਦੀ ਮਾਤਾ ਨੇ ਸਹਿਜ ਪਾਠ ਕੀਤਾ ਔਰ ਜਿੰਨੀਆਂ ਇਤਿਹਾਸਿਕ ਕਿਤਾਬਾਂ ਪੜ੍ਹ ਸਕੇ ਜੀ ਉਹ ਪੜ੍ਹੀਆਂ, ਅਤੇ ਵਾਹਿਗੁਰੂ ਦੀ ਇਹੋ ਜਿਹੀ ਕਿਰਪਾ ਹੋਈ ਅਤੇ ਜਿੰਨਾ ਵੀ ਇਤਿਹਾਸ ਇਹਦੀ ਮਾਤਾ ਨੇ ਪੜ੍ਹਿਆ ਸੀ ਉਹਨੂੰ ਯਾਦ ਹੈ। ਅਤੇ ਅਸੀਂ ਜੇ ਬੱਚਿਆਂ ਨੂੰ ਸਿਰਫ ਨਾ ਇੱਕ ਕੋਸ਼ਿਸ਼ ਕਰ ਲਈਏ ਵੀ ਅੱਜ ਕੱਲ੍ਹ ਟਿਕਟੋਕ 'ਤੇ ਆ ਜਾਂ ਇੰਸਟਾ 'ਤੇ ਆ ਵੀ ਨਚਾਰ ਬਣਾਈ ਜਾ ਰਹੇ ਹਾਂ, ਸਾਡਾ ਅਸਲੀ ਵਿਰਸਾ ਇਹ ਆ, ਅਤੇ ਅਸੀਂ ਅਸਲੀ ਵਿਰਸੇ ਨੂੰ ਛੱਡ ਕੇ ਆਪਣੇ ਯੋਧਿਆਂ ਦੇ ਇਤਿਹਾਸ ਨੂੰ ਛੱਡ ਕੇ, ਐਡਾ ਮਹਾਨ ਇਤਿਹਾਸ ਹੈ ਸਾਡਾ ਉਹਨੂੰ ਛੱਡ ਕੇ ਅਸੀਂ ਹੋਰ ਪਾਸੇ ਨੂੰ ਤੁਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ, ਮੈਂ ਹਾਂ ਚਰਨਜੀਤ ਕੌਰ UK ਤੋਂ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਵਾਸਤੇ ਇੱਕ ਨਵੇਂ ਮਹਿਮਾਨ, ਨਵੇਂ ਗੈਸਟ, ਉੱਚ ਪਦੀਆਂ ਦੇ ਜਿਹੜੇ ਕਿ ਜਿਨ੍ਹਾਂ ਨੇ ਉੱਚੀ ਪ੍ਰਾਪਤ ਕੀਤੀ ਹੈ ਆਪਣੇ
ਇਸ ਯੁੱਗ ਦੇ ਵਿੱਚ ਸੰਸਾਰ ਵਿੱਚ ਜੋ ਕਿ ਬਹੁਤ ਮਿਹਨਤਾਂ ਕਰਦੇ ਪਏ ਨੇ, ਰਾਗੀ ਸਿੰਘ, ਢਾਡੀ ਸਿੰਘ, ਕਵੀ ਸ਼੍ਰੀ, ਕਥਾਵਾਚਕ, ਜੋ ਕਿ ਪੰਥ ਨੂੰ ਦੇ ਪੰਥ ਪ੍ਰਸਿੱਧ ਨੇ, ਜਿਨ੍ਹਾਂ 'ਤੇ ਕੌਮ ਨੂੰ ਮਾਣ ਵੀ ਹੁੰਦਾ, ਤੁਹਾਡੇ ਨਾਲ ਰੂਬਰੂ ਕਰਾਉਂਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਸਾਡੇ ਨਾਲ ਇੱਥੇ ਜੁੜ ਚੁੱਕੇ ਨੇ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਕਵੀ ਸ਼੍ਰੀ ਜੱਥਾ, ਸਾਡੇ ਨਾਲ ਤੁਸੀਂ ਦੇਖ ਰਹੇ ਹੋ ਸਰਦਾਰ ਰਣਫਤਿਹ ਸਿੰਘ ਜੀ, ਜੋ ਬਿਲਕੁਲ ਮੇਰੇ ਨਾਲ ਬੈਠੇ ਨੇ, ਸਰਦਾਰ ਕੁੰਵਰ ਅਜੀਤ ਸਿੰਘ ਜੀ, ਅਤੇ ਨਾਲ ਉਹਨਾਂ ਦੇ ਫਾਦਰ ਸਾਹਿਬ ਵੀ ਜੀ, ਆਪ ਜੀ ਦਾ ਨਾਮ ਬਲਜਿੰਦਰ ਸਿੰਘ, ਸਰਦਾਰ ਬਲਜਿੰਦਰ ਸਿੰਘ ਜੀ, ਭਾਈ ਬਲਜਿੰਦਰ ਸਿੰਘ ਜੀ ਜੀ, ਇਹਨਾਂ ਨੂੰ ਭਾਈ ਕਹਿ ਕੇ ਵਧੀਆ ਲੱਗਦਾ, ਕਿਉਂਕਿ ਪੰਥ ਦੀ ਬੜੀ ਵੱਡੀ ਉੱਚੀ ਸੇਵਾ ਕਰਦੇ ਪਏ ਨੇ। ਕਵੀ ਸ਼੍ਰੀ ਜੱਥਾ, ਆਵਾਜ਼ ਵਿੱਚ ਇੰਨੀ ਤਾਕਤ, ਇੰਨੀ ਮਿੱਠੀ ਅਤੇ ਸੁਰੀਲੀ ਆਵਾਜ਼, ਇੰਨੀ ਬੁਲੰਦ ਆਵਾਜ਼ ਦੇ ਨਾਲ ਇਹ ਬੱਚੇ ਕਵੀ ਸ਼੍ਰੀ ਜਦੋਂ ਗਾਉਂਦੇ ਨੇ, ਦਿਲ ਚੀਰ ਜਾਂਦਾ ਅਤੇ ਦਿਲ ਕਰਦਾ, ਮਨ ਕਰਦਾ ਇਹਨਾਂ ਨੂੰ ਦੇਖੀ ਜਾਈਏ ਅਤੇ ਸੁਣੀ ਜਾਈਏ। ਸੋ ਆਓ ਇਹਨਾਂ ਦੇ ਨਾਲ ਫਤਿਹ ਬੁਲਾਉਂਦੇ, ਜੀ ਆਇਆਂ ਆਖਦੇ ਹਾਂ, ਅਤੇ ਅਗਲੀਆਂ ਬਾਤਾਂ ਇਹਨਾਂ ਦੇ ਨਾਲ ਹੀ ਆਪਾਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ ਪੰਜਾਬੀ ਵਿਰਾਸਤ USA ਚੈਨਲ 'ਤੇ। ਬਹੁਤ ਬਹੁਤ ਜੀ ਆਇਆਂ ਨੂੰ, ਸਾਰੇ ਦਰਸ਼ਕਾਂ ਨੂੰ, ਪੰਜਾਬੀ ਵਿਰਾਸਤ ਚੈਨਲ ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰਿਆਂ ਨੂੰ, ਐਜੂਕੇਟ ਪੰਜਾਬ ਪ੍ਰੋਜੈਕਟ ਦੇ ਕਵੀ ਸ਼੍ਰੀ ਜਥੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲੇ ਤਾਂ ਤੁਹਾਨੂੰ ਜੀ ਆਇਆਂ ਨੂੰ ਅਤੇ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ। ਰਣਫਤਿਹ ਸਿੰਘ, ਇੰਨੀ ਛੋਟੀ ਉਮਰ 'ਚ ਇੰਨੀ ਬੁਲੰਦ ਆਵਾਜ਼ ਦੇ ਨਾਲ ਤੁਸੀਂ ਕਵੀ ਸ਼੍ਰੀ, ਕੱਲ੍ਹ ਜਦੋਂ ਅਸੀਂ ਤੁਹਾਡਾ ਸੁਣਿਆ ਬਹੁਤ ਆਨੰਦ ਆਇਆ ਤੁਸੀਂ ਗਾ ਰਹੇ, ਤੁਸੀਂ ਮੈਨੂੰ ਦੱਸੋਗੇ ਤੁਸੀਂ ਕਿੰਨੇ ਟਾਈਮ ਤੋਂ ਕਵੀ ਸ਼੍ਰੀ ਗਾ ਰਹੇ ਹੋ? ਮੈਂ ਜੀ ਜਦੋਂ ਮੈਂ ਛੋਟਾ ਹੁੰਦਾ ਸੀ, ਮੈਂ ਆਪਣੇ ਵੀਰੇ ਨਾਲ ਗਾਉਂਦਾ ਹੁੰਦਾ ਸੀ। ਸਾਡੇ ਉੱਥੇ ਨੇੜੇ ਗੁਰਦੁਆਰਾ ਸਾਹਿਬ ਹੁੰਦਾ ਸੀ, ਉੱਥੇ ਸਾਨੂੰ ਹਰ ਐਤਵਾਰ ਸਾਨੂੰ ਟਾਈਮ ਮਿਲਦਾ ਸੀ, ਉੱਥੇ ਅਸੀਂ ਕਵੀ ਸ਼੍ਰੀ ਕਰਦੇ ਸੀ ਹਰ ਐਤਵਾਰ ਨੂੰ। ਹਾਂਜੀ। ਅਤੇ ਡਰ ਨਹੀਂ ਸੀ ਲੱਗਦਾ ਫਿਰ? ਨਹੀਂ ਜੀ, ਨਹੀਂ। ਹਾਂਜੀ, ਤੁਸੀਂ ਆਪਣੇ ਬਾਰੇ ਦੱਸੋ। ਮੈਂ ਜਦੋਂ ਛੋਟਾ ਹੁੰਦਾ ਸੀ 2.5 ਸਾਲ ਦਾ, ਅਤੇ ਉਦੋਂ ਬਚਪਨ ਵਿੱਚ ਪਾਪਾ ਜਿੱਦਾਂ ਕਵੀ ਸ਼੍ਰੀ, ਜਦੋਂ ਜਿੱਦਾਂ ਸੀਡੀਜ਼ ਵਗੈਰਾ ਆਉਂਦੀਆਂ ਸੀ ਤਾਂ ਉਹਨਾਂ ਤੋਂ ਸੁਣ ਸੁਣ ਕੇ ਜਿੱਦਾਂ ਮਨ 'ਚ ਚਾਅ ਹੁੰਦਾ ਸੀ ਵੀ ਕਵੀ ਸ਼੍ਰੀ ਕਰਨੀ ਹੈ ਜਾਂ ਢਾਡੀ ਵਾਰਾ ਗਾਉਣੀ, ਫਿਰ ਉੱਥੇ ਹੀ ਗਾਉਣਾ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਗਾਉਂਦੇ ਗਾਉਂਦੇ ਫਿਰ ਜਿੱਦਾਂ ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੁੜੇ, ਫਿਰ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ 'ਚ ਇੱਕ ਪ੍ਰੋਗਰਾਮ ਸੀ, ਅਤੇ ਉਦੋਂ ਮੇਰੀ ਉਮਰ 3-4 ਸਾਲ ਦੇ ਨੇੜੇ ਸੀ, ਅਤੇ ਉਦੋਂ ਮੈਂ ਆਪਣੀ ਪਹਿਲੀ ਸਟੇਜ ਜਿਹੜੀ ਕਵਿਤਾ ਗਾਈ ਸੀ ਉਹ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗਾਈ ਸੀ। ਤਾਂ ਉਹ ਜਿਹੜੀ ਪਹਿਲੀ ਕਵਿਤਾ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਗਾਈ ਸੀਗੀ, ਉਹ ਤੁਸੀਂ 2 ਲਾਈਨਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ? ਹਾਂਜੀ। ਹੋ ਛਿੜੀ ਕੰਬਣੀ ਧਰਤੀ ਨੂੰ, ਹਾਏ ਹੈ ਕਰਦਾ ਸੀ ਜੱਗ ਸਾਰਾ, ਤੱਕ ਅੰਬਰ ਡੋਲ ਗਿਆ, ਚੱਲਦਾ ਮਤੀ ਦਾਸ ਤੇ ਯਾਰਾ, ਮੁਖੋਂ ਜਪ ਜੀ ਸਾਹਿਬ ਪੜਦਾ, ਸਿਦਕੀ ਗੁਰੂ ਦਾ ਸਿੱਖ ਪਿਆਰਾ, ਖਿੜੇ ਮੱਥੇ ਸਹਿੰਦਾ ਏ, ਜਾਬਰ ਜ਼ੁਲਮ ਨੇ ਕਰਦੇ ਪਾਰਾ, ਸਿੱਖ ਆਖਦਾ ਸਿੱਖੀ ਨੂੰ, ਰੱਬਾਂ ਚ ਜਮਾਨਾ ਆਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜਿਵੇਂ ਤੁਸੀਂ 2.5 ਸਾਲ ਤੋਂ ਕਵੀ ਸ਼੍ਰੀ ਕਰਦੇ ਆ ਰਹੇ ਹੋ, ਫਿਰ ਤੁਸੀਂ ਮਤਲਬ ਤੁਹਾਡੀ ਉਮਰ ਹਾਲੇ ਕਾਫੀ ਛੋਟੀ ਹੈ, ਫਿਰ ਸਕੂਲ ਵੀ ਜਾਣਾ, ਉਹ ਤੁਸੀਂ ਸਾਰਾ ਕਿਵੇਂ ਤੁਸੀਂ ਦੇਖਦੇ ਹੋ, ਕਿਵੇਂ ਕਰਦੇ ਹੋ, ਕਿਉਂਕਿ ਸਕੂਲ ਤਾਂ ਜਾਂਦੇ ਹੋਗੇ ਨਾ ਜਿਹੜੀ ਜਨਰਲ ਐਜੂਕੇਸ਼ਨ ਲੈਣ ਵਾਸਤੇ? ਜਿਵੇਂ ਸਾਡਾ ਸਕੂਲ ਹੈ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ,
ਅਤੇ ਜਿੱਦਾਂ ਸਾਨੂੰ ਪੜ੍ਹਾ ਵੀ ਐਜੂਕੇਟ ਪੰਜਾਬ ਪ੍ਰੋਜੈਕਟ ਰਿਹਾ ਸਕੋਲਰਸ਼ਿਪ ਦੇ ਕੇ, ਅਤੇ ਫਿਰ ਸਾਡੇ ਸਕੂਲ ਵਾਲੇ ਵੀ ਸਾਡਾ ਬਹੁਤ ਸਾਥ ਦਿੰਦੇ ਨੇ, ਜਿੱਦਾਂ ਸਕੂਲ ਵਿੱਚ ਮਿਊਜ਼ਿਕ ਕਲਾਸਿਸ ਦਿੰਦੇ ਨੇ ਸਾਨੂੰ ਸਰ ਗੁਰਬਾਜ ਸਿੰਘ ਜੀ, ਅਤੇ ਉਹ ਉੱਥੇ ਗੁਰਬਾਣੀ ਦੀ ਵੀ ਵਿੱਦਿਆ ਸਾਡੇ ਸਕੂਲ ਦੇ ਵਿੱਚ ਦਿੰਦੇ ਨੇ, ਅਤੇ ਸਕੂਲ ਵੀ ਸਾਡਾ ਬਹੁਤ ਸਾਥ ਦਿੰਦਾ ਇਹਨਾਂ ਚੀਜ਼ਾਂ ਵਾਸਤੇ। ਜਿੱਦਾਂ ਕੋਈ ਸਕੂਲ ਵੱਲੋਂ ਕੰਪੀਟੀਸ਼ਨ 'ਤੇ ਜਾਣਾ ਹੁੰਦਾ ਤਾਂ ਸਕੂਲ ਵੱਲੋਂ ਅਸੀਂ ਜਾਂਦੇ ਹਾਂ, ਅਤੇ ਸਕੂਲ ਦੇ ਵਿੱਚ ਪਰਫੋਰਮੈਂਸ ਵੀ ਕਰਦੇ ਹਾਂ ਅਸੀਂ, ਅਤੇ ਸਕੂਲ ਸਾਡਾ ਬਹੁਤ ਸਾਥ ਦਿੰਦਾ। ਤੁਹਾਨੂੰ ਫਿਰ ਜਿਹੜੀ ਕਵਿਸ਼ਰੀਆਂ ਨੇ ਜੋ ਤੁਹਾਨੂੰ ਤੁਸੀਂ ਪੜ੍ਹਦੇ ਹੋ, ਤੁਹਾਨੂੰ ਯਾਦ ਕਰਨੀਆਂ ਪੈਂਦੀਆਂ ਨੇ ਜਾਂ ਤੁਸੀਂ ਕਾਪੀ ਤੋਂ ਵੀ ਪੜ੍ਹ ਕੇ ਕਰਦੇ ਹੋ? ਜੀ, ਯਾਦ ਕਰਨੀਆਂ ਪੈਂਦੀਆਂ ਸਾਨੂੰ, ਅਤੇ ਟੋਟਲੀ ਅਸੀਂ ਸਾਰੀਆਂ ਯਾਦ ਹੀ ਕਰਕੇ ਰੱਖਦੇ ਹਾਂ। ਅਤੇ ਜਿੱਦਾਂ ਹੁਣ ਸਟੇਜ 'ਤੇ ਪਹਿਲਾਂ ਦੋਵੇਂ ਅਸੀਂ ਜਿੱਦਾਂ ਕਿਸੇ ਪ੍ਰੋਗਰਾਮ ਤੋਂ ਪਹਿਲਾਂ, ਅਤੇ ਅਸੀਂ ਦੋਵੇਂ ਆਪਸ ਵਿੱਚ ਪਹਿਲਾਂ ਪ੍ਰੈਕਟਿਸ ਕਰਦੇ ਹਾਂ, ਪਹਿਲਾਂ ਸਾਰਾ ਪ੍ਰਸੰਗ ਯਾਦ ਕਰਕੇ ਅਤੇ ਫਿਰ ਸਟੇਜ 'ਤੇ ਗਾਉਂਦੇ ਹਾਂ ਅਸੀਂ। ਠੀਕ ਹੈ, ਤੁਹਾਡੀਆਂ ਕੁਝ ਦੋਵਾਂ ਦੀਆਂ ਕੁਝ ਹੋਬੀ ਹੋਣਗੀਆਂ, ਕਿਉਂਕਿ ਹਰ ਬੱਚੇ ਵਾਂਗੂ ਤੁਸੀਂ ਵੀ ਇੱਕ ਬੱਚੀ ਹੈਗੀ ਹੋ, ਪਰ ਤੁਹਾਡੀ ਦੇਣ ਕੌਮ ਨੂੰ ਕੁਛ ਅਲੱਗ ਹੀ ਹੈ। ਕੁਛ ਤੁਹਾਡੀਆਂ ਹੋਬੀ ਨੇ ਜੀ, ਖੇਡਾਂ ਖੁਡਾਂ 'ਚ ਤੁਹਾਡੀ ਦਿਲਚਸਪੀ ਹੋਵੇਗੀ ਦੱਸੋ। ਵੈਸੇ ਤਾਂ ਜਿੱਦਾਂ ਕਵਿਸ਼ਰੀ ਕਰਦੇ ਹਾਂ ਅਸੀਂ, ਜਿੱਦਾਂ ਹੁਣ ਸੰਗੀਤ ਨਾਲ ਜ਼ਿਆਦਾ, ਅਤੇ ਮੈਨੂੰ ਕੀਰਤਨ ਦੇ ਵਿੱਚ ਜਿੱਦਾਂ ਇੰਟਰਸਟ ਹੈ ਬਹੁਤ, ਅਤੇ ਮੈਂ ਦਿਲਰੁਬਾ ਵੀ ਸਿੱਖਦਾ ਸਾਜ਼, ਅਤੇ ਇਹ ਤਬਲਾ ਸਿੱਖ ਰਿਹਾ ਹੁਣ, ਅਤੇ ਇਹੀ ਹੋਬੀਜ਼ ਨੇ। ਅਸੀਂ ਜ਼ਿਆਦਾਤਰ ਸੰਗੀਤ ਦੇ ਵਿੱਚ ਹੀ ਰਹਿੰਦੇ, ਅਤੇ ਬਾਕੀ ਕੋਈ ਆਰਟ ਦੇ ਨਾਲ ਰਿਲੇਟਡ ਕੁਛ ਹੋ ਜਾਵੇ ਉਹ ਕਰ ਲੈਂਦੇ। ਅੱਛਾ, ਆਰਟ ਵਿੱਚ ਤੁਸੀਂ ਮਤਲਬ ਪਿਕਚਰਾਂ ਸੀਨਰੀਆਂ ਵਗੈਰਾ? ਹਾਂਜੀ। ਅੱਜ ਤੱਕ ਕੋਈ ਤੁਸੀਂ ਆਪ ਜੀ ਨੇ ਰੈਡੀ ਕੀਤੀ ਹੈ? ਵੈਸੇ ਮੈਂ ਕਦੀ ਕਦੀ ਕਰਦਾ ਰਹਿੰਦਾ, ਜਿੱਦਾਂ ਆਪਣੇ ਸ਼ਹੀਦਾਂ ਸਿੰਘਾਂ ਦੀ ਜਾਂ ਕੋਈ ਹੋਰ, ਅਤੇ ਬਾਕੀ ਮੈਂ ਬਣਾ ਲੈਣਾ ਹੁੰਦਾ, ਬਾਕੀ ਮੈਂ ਸ਼ੋਅ ਨਹੀਂ ਕਰਦਾ ਪਰ ਵੈਸੇ ਮੈਂ ਬਣਾ ਲੈਣਾ। ਵੈਸੇ ਗੁਰੂ ਪਾਤਸ਼ਾਹ ਵੱਲੋਂ ਬੜੀਆਂ ਰਹਿਮਤਾਂ, ਜਦੋਂ ਕਿ ਅਸੀਂ ਗੁਰੂ ਦੇ ਰਾਹ ਚੱਲਦੇ ਹਾਂ ਤਾਂ ਗੁਰੂ ਆਪੇ ਸਾਨੂੰ ਕਾਫੀ ਕੁਛ ਬਖਸ਼ ਦਿੰਦਾ ਹੈ। ਮਤਲਬ ਪੁਰਾਤਨ ਸਾਡੇ ਗੁਰਸਿੱਖ ਕਹਿੰਦੇ ਕਿਆ ਕਰਦੇ ਸਨ ਸਾਡੀਆਂ ਮਾਤਾਵਾਂ, ਕਿ ਜਦੋਂ ਇੱਕ ਕੁੜੀ ਵਿਆਹਣ ਚੱਲਦੀ ਹੈ ਜਾਂ ਸਹੁਰੇ ਘਰ, ਤਾਂ ਉਹਨੂੰ ਕਹਿੰਦੇ ਸੀ ਪੁੱਤਰ ਤੇਰੀਆਂ 10 ਉਂਗਲੀਆਂ ਦੇ 10 ਫੁੱਲ ਡਿੱਗਣੇ ਚਾਹੀਦੇ। ਤਾਂ ਮੈਨੂੰ ਤਾਂ ਇੰਝ ਲੱਗਦਾ ਕਿ ਸਾਡੇ ਕਲਗੀਧਰ ਪਾਤਸ਼ਾਹ ਨੇ ਸਾਨੂੰ, ਭਾਵੇਂ ਸਾਡੇ ਵੀਰ ਹੋਣ ਅਤੇ ਚਾਹੇ ਸਾਡੀਆਂ ਭੈਣਾਂ ਹੋਣ, ਉਹਨਾਂ ਨੂੰ ਆਹੀ ਹੁਕਮ ਕੀਤਾ ਕਿ 10 ਉਂਗਲਾਂ ਅਤੇ 10 ਫੁੱਲ ਡਿੱਗਣੇ ਚਾਹੀਦੇ। ਵੈਸੇ ਜੋ ਤੁਸੀਂ ਕੱਲ੍ਹ ਆਰਟ ਵੀ ਸਿੱਖ ਰਹੇ ਹੋ ਅਤੇ ਕੀਰਤਨ 'ਤੇ ਵੀ ਦਿਲਚਸਪੀ ਦਿਲਰੁਬਾ, ਅਤੇ ਬਾਕੀ ਕਈ ਬੱਚੇ ਜਿਹੜੇ ਹੁੰਦੇ ਨੇ ਉਹ ਬਾਹਰ ਖੇਡਾਂ ਖੇਡਦੇ ਨੇ ਵੀਡੀਓ ਗੇਮ ਜਾਂ ਮੋਬਾਈਲ 'ਤੇ, ਕੀ ਤੁਸੀਂ ਉੱਥੇ ਵੀ ਕੁਛ ਸਮਾਂ ਦਿੰਦੇ ਹੋ ਜਾਂ ਨਹੀਂ, ਉੱਥੇ ਜ਼ਰੂਰੀ ਨਹੀਂ ਸਮਝਿਆ ਜਾਂਦਾ? ਹਾਂਜੀ, ਅਸੀਂ ਜਿੱਦਾਂ ਆਪਸ ਦੇ ਵਿੱਚ ਖੇਡ ਵੀ ਲੈਂਦੇ ਹਾਂ ਉੱਥੇ, ਅਤੇ ਜਿੱਦਾਂ ਆਪਣੇ ਅਸੀਂ ਪਿੰਡ ਜਾਂਦੇ ਹਾਂ ਅਤੇ ਉੱਥੇ ਵੀ ਬੱਚਿਆਂ ਨਾਲ ਖੇਡਦੇ ਹਾਂ ਅਸੀਂ, ਅਤੇ ਬਾਕੀ ਜਿੱਦਾਂ ਹੁਣ ਫੋਨ 'ਤੇ ਆ ਫਿਰ, ਜਾਂ ਮੈਂ ਵੀਡੀਓ ਐਡੀਟਿੰਗ ਵੀ ਕਰ ਲੈਂਦਾ, ਅਤੇ ਉਹਦਾ ਵੀ ਮੈਂ ਕੋਰਸ ਸ਼ੁਰੂ ਕੀਤਾ ਹੋਇਆ ਵੀ ਮੈਂ ਸਿੱਖ ਰਿਹਾ ਹਜੇ, ਅਤੇ ਨਾਲ ਕਰ ਵੀ ਲੈਂਦਾ। ਹਾਂਜੀ, ਰਣਫਤਿਹ ਸਿੰਘ ਜੀ, ਤੁਹਾਡਾ ਨਾਮ ਕਮਾਲ, ਰਾਣੂ ਫਤਿਹ, ਜਿਹੜਾ ਕਿ ਰਣ ਦੇ ਵਿੱਚ ਜਾ ਕੇ ਨਾ ਮੈਦਾਨ ਨੂੰ ਫਤਿਹ ਕਰਕੇ ਆਵੇ, ਰਾਣੂ ਫਤਿਹ ਸਿੰਘ। ਤੁਸੀਂ ਆਪਣੇ ਬਾਰੇ ਮੈਨੂੰ ਥੋੜ੍ਹਾ ਦੱਸੋ, ਕਿਉਂਕਿ ਤੁਹਾਡੀ ਦੋਨਾਂ ਦੀ ਜਿਹੜੀ ਬੁਲੰਦ ਆਵਾਜ਼ ਨਾ, ਇਸ ਮਾਂ ਦਾ ਤਾਂ ਦਿਲ ਚੀਰ ਗਈ, ਅਤੇ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਦਾਂ ਯਾਦ ਕਰਦੇ ਹੋ, ਕੀ ਤੁਹਾਡੇ ਹੈਗੇ ਨੇ? ਅਤੇ ਮੈਂ ਜਿਹੜਾ ਮੇਰਾ ਵੱਡਾ ਭਰਾ ਆ, ਇਹਦੇ ਨਾਲ ਅਸੀਂ ਜਦੋਂ ਪ੍ਰਸੰਗ ਦੀ ਪ੍ਰੈਕਟਿਸ ਕਰਦੇ, ਪਹਿਲਾਂ ਇਹ ਲਿਖਦਾ, ਉਸ ਤੋਂ ਬਾਅਦ ਮੈਂ ਨਾਲ ਵੀ ਸੁਣਦਾ ਵੀ ਰਹਿੰਦਾ ਹਾਂ ਵੀ ਕਿਹੜਾ ਪ੍ਰਸੰਗ ਕਿਵੇਂ ਆ, ਫਿਰ ਟਿਊਨ ਯਾਦ ਹੋ ਜਾਂਦੀ ਆ, ਫਿਰ ਇਹ ਮੈਨੂੰ ਬਾਅਦ 'ਚੋਂ ਸਾਰਾ ਪੜ੍ਹ ਕੇ ਫਿਰ ਸਾਨੂੰ ਗਾਣਾ ਸਿਖਾਉਂਦਾ ਵੀ ਇਹਦੀ ਆਹ ਟਿਊਨ ਆ, ਆਹ ਟਿਊਨ ਆ। ਤੁਹਾਡੇ ਦੋਵਾਂ 'ਚ ਯਾਦ ਛੇਤੀ ਕਿਹਨੂੰ ਹੁੰਦਾ, ਵੀਰ ਜੀ ਨੂੰ ਜਾਂ ਤੁਹਾਨੂੰ? ਉਹਨੂੰ ਪਹਿਲਾਂ ਹੋ ਜਾਂਦਾ, ਉਹ ਸੁਣ ਲੈਂਦਾ ਪਹਿਲਾਂ, ਲਿਖ ਵੀ ਨਾਲ ਲੈਂਦਾ, ਉਹਨੂੰ ਯਾਦ ਹੋ ਜਾਂਦਾ ਪਹਿਲਾਂ ਹੀ। ਅੱਛਾ, ਇਹ ਲਿਖਣ ਦਾ ਕੀ ਮਤਲਬ ਹੁੰਦਾ ਕਿ ਲਿਖ ਕੇ ਕੁਛ ਚੀਜ਼ ਯਾਦ ਕੀਤੀ ਜਾ ਸਕਦੀ ਹੈ?
ਹਾਂਜੀ, ਮਤਲਬ ਹੁਣ ਅਸੀਂ ਡਾਇਰੀ 'ਤੇ ਲਿਖਦੇ ਹਾਂ, ਫਿਰ ਉਹਨੂੰ ਪੜ੍ਹ ਕੇ ਯਾਦ ਕਰਦੇ ਹਾਂ। ਠੀਕ ਹੈ, ਠੀਕ ਹੈ। ਸੋ ਮੈਂ ਭਾਈ ਬਲਜਿੰਦਰ ਸਿੰਘ ਜੀ ਵੱਲ ਆਵਾਂ, ਉਹਨਾਂ ਨਾਲ ਗੱਲਬਾਤ ਕਰਾਂ, ਕਿਉਂਕਿ ਆਪਾਂ ਪਹਿਲੇ ਬੱਚਿਆਂ ਨੂੰ ਜ਼ਰੂਰੀ ਹੁੰਦਾ ਕਿ ਇਹਨਾਂ ਦੇ ਨਾਲ ਹੱਲਾਸ਼ੇਰੀ, ਇਹਨਾਂ ਨੂੰ ਗੱਲ ਕਰਨੀ, ਇਹਨਾਂ ਨੂੰ ਪਿਆਰ ਦੇਣਾ। ਅਤੇ ਮੈਂ ਭਾਈ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗੀ ਕਿ ਇਹਨਾਂ ਨੇ ਬੱਚਿਆਂ ਨੂੰ, ਆਪ ਜੀ ਪਿਛੋਕੜ ਕਿੱਥੋਂ ਆਏ ਹੈਗੇ ਹੋ, ਕਿੱਥੇ ਰਹਿੰਦੇ ਹੋ, ਅਤੇ ਇਹ ਬੱਚੇ ਕਿੰਨੇ ਸਮੇਂ ਤੋਂ ਇਸ ਕਵਿਸ਼ਰੇ ਦੀ ਲਾਈਨ ਵਿੱਚ ਆਏ ਨੇ, ਇਹਨਾਂ ਦਾ ਉਸਤਾਦ ਕੌਣ ਹੈ, ਦੱਸਣਾ ਕਿਰਪਾਲਾ। ਅਸੀਂ ਪੰਜਾਬ ਦੇ ਵਿੱਚ ਇਸ ਟਾਈਮ ਪਟਿਆਲਾ ਜ਼ਿਲ੍ਹਾ ਦਾ ਪਿੰਡ ਦੇਵੀਗੜ੍ਹ 'ਚ ਰਹਿ ਰਹੇ ਹਾਂ ਜੀ। ਅਤੇ ਵੈਸੇ ਜਿਹੜਾ ਸਾਡਾ ਪਿੰਡ ਆ ਉਹ ਹਰਿਆਣੇ 'ਚ ਆ ਜਾਂਦਾ, ਜੋ ਪਹਿਲਾਂ ਪੰਜਾਬ 'ਚ ਹੀ ਸੀ, ਪਿੰਡ ਜਗੌਲੀ ਆ, ਅਤੇ ਪੰਜਾਬ ਹਰਿਆਣੇ ਦੀ ਹੱਦ 'ਤੇ ਉੱਥੋਂ ਅਸੀਂ ਰਹਿੰਦੇ ਹਾਂ। ਅਤੇ ਉਸ ਤੋਂ ਬਾਅਦ ਜਦੋਂ ਕੁੰਵਰ ਜੀ 2.5 ਸਾਲ ਦਾ ਸੀ, ਜਦੋਂ ਇਹਨੇ ਧਾਰਮਿਕ ਇੱਧਰ ਇਹਦਾ ਧਿਆਨ ਗਿਆ, ਕਵਿਸ਼ਰੀ ਗਾਉਣੀ, ਢਾਡੀ ਵਾਰਾਂ ਸੁਣਨੀਆਂ, ਅਤੇ ਨਾਲ ਨਾਲ ਗਾਉਣ ਲੱਗ ਗਿਆ ਸੀਗਾ। ਫਿਰ ਮੈਨੂੰ ਥੋੜ੍ਹਾ ਸਟੇਜਾਂ 'ਤੇ ਲੈ ਕੇ ਜਾਣਾ ਸ਼ੁਰੂ ਕੀਤਾ, ਵੀ ਜਿਵੇਂ ਗੁਰਦੁਆਰੇ ਸਾਹਿਬ ਕੋਈ ਪ੍ਰੋਗਰਾਮ ਹੋਣਾ ਉੱਥੇ ਇਹਨੇ ਗਾਉਣੀ ਆ, ਅਤੇ ਇਹਦਾ ਹੋਰ ਹੌਂਸਲਾ ਵਧਿਆ। ਅਤੇ ਇਹਦਾ ਧਿਆਨ ਵੀ ਸ਼ੁਰੂ ਤੋਂ ਇੱਦਾਂ ਸੀ, ਇਹਨੇ ਸਾਡੇ ਘਰ 'ਚੋਂ ਜਦੋਂ ਇਹਦਾ ਜਨਮ ਹੋਇਆ, ਉਸ ਤੋਂ ਬਾਅਦ ਜਿਵੇਂ ਜਿਵੇਂ ਹੋਸ਼ ਸੰਭਾਲਦਾ ਗਿਆ, ਸਾਡੇ ਘਰ 'ਚੋਂ ਜੇ ਕੋਈ ਗੀਤ ਚੱਲਦਾ ਸੀਗਾ, ਕੋਈ ਸੀਰੀਅਲ ਦੇਖਦਾ ਸੀ, ਉਹ ਸਾਰੇ ਬੰਦ ਕਰਵਾਤੇ। ਅੱਛਾ। ਹਾਂਜੀ, ਤੋ ਸਾਡੇ ਘਰ 'ਚ ਉਸ ਤੋਂ ਬਾਅਦ ਇਹੋ ਜਿਹੀ ਵਾਹਿਗੁਰੂ ਦੀ ਕਿਰਪਾ ਹੋਈ ਵੀ ਸਾਡੇ ਘਰ 'ਚ ਹੁਣ ਵੀ ਚਾਚੇ ਤਾਇਆਂ ਦੇ ਪਰਿਵਾਰ 'ਚ ਵੀ, ਜਿਹੜੇ ਅਸੀਂ ਇਕੱਠੇ ਰਹਿੰਦੇ ਹਾਂ ਪਿੰਡ 'ਚ, ਅਤੇ ਕਿਸੇ ਦੇ ਘਰ ਵੀ ਗਾਣੇ, ਗੀਤ, ਸੀਰੀਅਲ ਜਿਹੜੇ ਨੇ ਉਹ ਚੱਲਦੇ ਨੇ ਜੀ। ਅਤੇ ਉਹ ਇਹੋ ਜਿਹੀ ਕਿਰਪਾ ਹੋਈ, ਅਤੇ ਉਹਦੇ ਵਿੱਚ ਸਾਡੀ ਦਾਦੀ ਮਾਂ ਦਾ ਬਹੁਤ ਵੱਡਾ ਰੋਲ ਸੀ। ਮੇਰੇ ਦਾਦੀ ਮਾਂ ਸੀ ਇਹਨਾਂ ਦੇ ਪੜਦਾਦੀ ਜੀ, ਅਤੇ ਉਹ ਬਹੁਤ ਗੁਰਬਾਣੀ ਪੜ੍ਹਨ ਵਾਲੇ ਸੀਗੇ, ਅਤੇ ਉਹਨਾਂ ਕੋਲੋਂ ਇਹ ਸਿੱਖਿਆ ਲੈ ਕੇ ਅਤੇ ਅੱਗੇ ਜਿਵੇਂ ਸਿੱਖਦਾ ਗਿਆ ਜੀ, ਅਤੇ ਗੁਰੂ ਸਾਹਿਬ ਜੀ ਦੀ ਉਹ ਕਿਰਪਾ ਹੁੰਦੀ ਰਹੀ, ਬਖਸ਼ਿਸ਼ ਹੁੰਦੀ ਰਹੀ, ਰਹਿਮਤ ਹੁੰਦੀ ਰਹੀ, ਅਤੇ ਅੱਜ ਇਸ ਮੁਕਾਮ 'ਤੇ ਬੱਚੇ ਪਹੁੰਚ ਗਿਆ। ਔਰ ਖਾਸ ਕਰਕੇ ਮੈਂ ਧੰਨਵਾਦ ਕਰੂੰਗਾ ਐਜੂਕੇਟ ਪੰਜਾਬ ਪ੍ਰੋਜੈਕਟ ਦਾ, ਅਤੇ ਜਦੋਂ ਭਾਈ ਜਸਵਿੰਦਰ ਸਿੰਘ ਜੀ ਕੋਹਲੀ ਸਾਹਿਬ ਨੇ ਮਾਨਚੈਸਟਰ ਤੋਂ, ਉਹ ਜਦੋਂ ਪੰਜਾਬ ਗਏ ਸੀ, ਉਹਨਾਂ ਨੇ ਇਹਨੂੰ ਗਾਉਂਦਿਆਂ ਹੋਇਆ ਸਟੇਜ 'ਤੇ ਦੇਖਿਆ, ਅਤੇ ਜਦੋਂ ਮੰਜੀ ਸਾਹਿਬ ਦੀਵਾਨ ਹਾਲ 'ਚ ਇੱਕ ਧਾਰਮਿਕ ਪ੍ਰੋਗਰਾਮ ਸੀ ਜਿਹੜਾ ਉਹ ਕਰਵਾਇਆ ਗਿਆ, ਤਾਂ ਉੱਥੇ ਸਟੇਜ 'ਤੇ ਇਹਨੂੰ ਪਹਿਲੀ ਵਾਰ, ਉਹ 3.25 ਸਾਲ ਦਾ ਸੀ, ਉਹ ਕਵਿਤਾ ਬੋਲਣ ਦੀ ਜੋ ਆਪ ਜੀ ਨੂੰ ਸੁਣਾਈ ਇਹਨੇ ਜੀ, ਬੋਲਣ ਦਾ ਉਹ ਸਮਾਂ ਮਿਲਿਆ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੀ ਇਹੋ ਜਿਹੀ ਇਹਦੇ 'ਤੇ ਕਿਰਪਾ ਹੋਈ, ਅਤੇ ਉੱਥੋਂ ਦਰਬਾਰ ਸਾਹਿਬ ਤੋਂ ਆਸ਼ੀਰਵਾਦ ਮਿਲਿਆ, ਇਹੋ ਜਿਹਾ ਸੰਗਤਾਂ ਨੇ ਪਿਆਰ ਦਿੱਤਾ, ਵੀ ਫਿਰ ਇਹ ਇਕੱਲਾ ਹੀ ਗਾਉਂਦਾ ਗਿਆ। ਫਿਰ ਇਹਨਾਂ ਦੀ ਉਮਰ ਦਾ ਵੀ 6 ਸਾਲ ਦਾ ਫਰਕ ਹੈ ਆਪਸ 'ਚ, ਇਹਦੇ ਨਾਲ ਗਾਉਣ ਵਾਸਤੇ ਬਹੁਤ ਕੋਸ਼ਿਸ਼ ਕੀਤੀ, ਕਈ ਮੁੰਡਿਆਂ ਨੂੰ ਤਿਆਰ ਕੀਤਾ ਜੀ, ਪਰ ਜਦੋਂ ਘਰ 'ਚ ਸਿੱਖੀ ਨਾ ਹੋਵੇ ਨਾ, ਥੋੜ੍ਹੀ ਚਿਰ ਹੀ ਗਾ ਕੇ, ਕਿਸੇ ਨੂੰ ਪ੍ਰੈਸ਼ਰ ਦੇ ਕੇ ਆਪਾਂ ਗਵਾ ਨਹੀਂ ਸਕਦੇ ਜੀ। ਬਹੁਤ ਚਿਰ ਇਕੱਲਾ ਸਟੇਜਾਂ 'ਤੇ ਗਾਉਂਦਾ ਰਿਹਾ, ਮੈਂ ਇਹਦੇ ਨਾਲ ਜਾਂਦਾ ਰਿਹਾ, ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਦੂਜਾ ਬੇਟਾ ਹੋਇਆ। ਫਿਰ ਇਹ ਛੋਟਿਆਂ ਹੁੰਦਿਆਂ ਹੀ ਇਹਦੀਆਂ ਸੁਣ ਸੁਣ ਕੇ ਕਵਿਤਾਵਾਂ ਤਾਉਣ ਲੱਗਿਆ। ਪਰ ਮੈਂ ਦੱਸਣਾ ਚਾਹੂੰਗਾ, ਐਜੂਕੇਟ ਪੰਜਾਬ ਪ੍ਰੋਜੈਕਟ ਨੇ ਇਹਨਾਂ ਦਾ ਪਹਿਲਾ ਗੀਤ ਜਿਹੜਾ ਸੀ ਉਹ ਰਿਲੀਜ਼ ਕੀਤਾ ਸੀ, ਬਾਪੂ ਸਰਹੰਦ ਵੇਖਣੀ, ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਛੋਟੇ ਸਾਹਿਬਜ਼ਾਦਿਆਂ ਸ਼ਹੀਦੀ 'ਤੇ 2019 ਦੇ ਵਿੱਚ ਉਹ ਰਿਲੀਜ਼ ਕੀਤਾ ਸੀਗਾ, ਅਤੇ ਸੰਗਤਾਂ ਨੇ ਬਹੁਤ ਪਿਆਰ ਦਿੱਤਾ, ਅਤੇ ਮੈਂ ਚਾਹੂੰਗਾ ਤੁਹਾਨੂੰ ਉਹ ਸੁਣਾਉਣਗੇ ਵੀ। ਬਿਲਕੁਲ ਬਿਲਕੁਲ ਜੀ, ਅਸੀਂ ਸਰਵਣ ਸਾਡੇ ਦਰਸ਼ਕ ਵੀ ਸੁਣਨਾ ਚਾਹੁੰਦੇ, ਬਿਲਕੁਲ ਜਿਹੜੀ, ਕਿਉਂਕਿ ਜਿੱਥੋਂ ਅਸੀਂ ਪੌਦਾ ਜਿੱਥੇ ਆਪਾਂ ਬੀਜਦੇ ਨਾ, ਪਹਿਲਾ ਪੜਾਅ ਆਪਾਂ ਰੱਖਦੇ ਹਾਂ, ਜਿਸ ਤਰ੍ਹਾਂ ਮੰਜੀ ਸਾਹਿਬ ਦਾ ਇਹਨਾਂ ਨੇ ਜ਼ਿਕਰ ਕੀਤਾ, ਤਾਂ ਉਹ ਵੀ ਅਸੀਂ ਇਹਨਾਂ ਤੋਂ ਲਾਈਨਾਂ 17 ਸੁਣੀਆਂ ਨੇ, ਅਤੇ ਜਿਹੜਾ ਕਿ ਪਹਿਲਾ ਸੀਗਾ ਉਹ ਸਰਹੰਦ ਦਾ, ਉਹ ਵੀ ਤੁਸੀਂ ਜ਼ਰੂਰ, ਕਿਉਂਕਿ ਅੱਗੇ ਗਾਂ ਆਉਣ ਵਾਲੇ ਸਮੇਂ 'ਚ ਛੋਟੇ ਸਾਹਿਬਜ਼ਾਦਿਆਂ ਦਾ ਸਫਰੇ ਸ਼ਹਾਦਤ ਆ ਰਿਹਾ, ਉਹਦੇ ਵਾਸਤੇ ਵੀ ਸਾਨੂੰ ਆਹ ਚੀਜ਼ਾਂ ਦੀ ਬਹੁਤ ਲੋੜ ਹੈ, ਅਵੇਅਰਨੈਸ, ਅਤੇ ਆਪਾਂ ਕਿਵੇਂ ਆ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜ ਸਕਦੇ ਹਾਂ, ਕਿਉਂਕਿ ਆਹ ਬੱਚੇ ਜਿਹੜੇ ਹੈਗੇ ਛੋਟੀ ਉਮਰ ਆਉਂਦੇ ਨੇ, ਅਤੇ ਜਿਵੇਂ ਆ ਕਵਿਸ਼ਰੀ ਗਾਉਂਦੇ ਨੇ, ਅਤੇ ਅਸੀਂ ਚਾਹੁੰਦੇ ਹਾਂ ਕਿ ਸਿੱਖ, ਹਰ ਸਿੱਖ ਦਾ ਬੱਚਾ ਹਰ ਘਰ ਦੇ ਵਿੱਚ ਕੀਰਤਨੀ ਅਤੇ ਕਵਿਸ਼ਰੀ ਇਹਨਾਂ ਵਾਂਗੂ ਗਾਵੇ। ਹਾਂਜੀ, ਦੱਸੋ ਜੀ।
ਹੋ ਚੁੱਕੇ ਕਿਉਂ ਨਹੀਂ ਐਸਾ ਕੀ ਸਿਖਾਇਆ ਬਾਜਾਂ ਵਾਲੇ ਨੇ ਬਾਟੇ ਵਿੱਚ ਘੋਲ ਕੀ ਪਿਆਇਆ ਬਾਜਾਂ ਵਾਲੇ ਨੇ ਚੁੱਕੇ ਕਿਉਂ ਨਹੀਂ ਐਸਾ ਕੀ ਸਿਖਾਇਆ ਬਾਜਾਂ ਵਾਲੇ ਨੇ ਬਾਟੇ ਵਿੱਚ ਘੋਲ ਕੀ ਪਿਆਇਆ ਬਾਜਾਂ ਵਾਲੇ ਨੇ ਆਵਾਜ਼ ਇੰਨੀ ਕਿਵੇਂ ਬਣੀ ਮੈਂ ਬੁਲੰਦ ਵੇਖਣੀ ਇੰਨੀ ਕਿਵੇਂ ਬਣੀ ਮੈਂ ਬੁਲੰਦ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਜੋ ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਨੈਬ ਅੱਖਾਂ ਵਾਲੀ ਵਾਲੇ ਜਿੰਦਾ ਕੰਧਾਂ ਚ ਖਲੋ ਗਈਆਂ ਤਾਂ ਹੀ ਮਜ਼ਬੂਤ ਨੀਹਾਂ ਸਿੱਖੀ ਦੀਆਂ ਹੋ ਗਈਆਂ ਨੈਬ ਅੱਖਾਂ ਵਾਲੀ ਵਾਲੇ ਜਿੰਦਾ ਕੰਧਾਂ ਚ ਖਲੋ ਗਈਆਂ ਤਾਂ ਹੀ ਮਜ਼ਬੂਤ ਨੀਹਾਂ ਸਿੱਖੀ ਦੀਆਂ ਹੋ ਗਈਆਂ ਹੋਈ ਸੂਬੇ ਦੀ ਜ਼ੁਬਾਨ ਕਿੱਦਾਂ ਬੰਦ ਵੇਖਣੀ ਸੂਬੇ ਦੀ ਜ਼ੁਬਾਨ ਕਿੱਦਾਂ ਬੰਦ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਜੋ ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ ਅਣਖਾਂ ਨੂੰ ਸਾਂਭੀ ਬੈਠੀ ਕੰਧ ਵੇਖਣੀ ਬੱਚੇ ਕਹਿੰਦੇ ਬਾਪੂ ਸਰਹੰਦ ਵੇਖਣੀ ਸੋ ਛੋਟੇ ਸਾਹਿਬ ਜਾ ਜਾਂਦੀ ਹੈ ਕਿਰਪਾ ਹੀ ਇਹੋ ਜਿਹੀ ਹੋਈ ਮਾਤਾ ਗੁਜਰੀ ਜੀ ਦੀ ਇਹੋ ਜਿਹੀ ਕਿਰਪਾ ਬਖਸ਼ਿਸ਼ ਹੋਈ ਉਸ ਤੋਂ ਬਾਅਦ ਅਸੀਂ ਹਰ ਸਾਲ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਵਾਂ ਟਰੈਕ ਜਿਹੜਾ ਉਹ ਕਰਦੇ ਹਾਂ ਔਰ ਲਗਾਤਾਰ ਕਰਦੇ ਹਾਂ ਹਰ ਸਾਲ ਕਰੀਦਾ ਅਗਲੇ ਸਾਲ ਵੀ ਹੁਣ ਜਾ ਕੇ ਇਸ ਸਾਲ ਵੀ ਜਾ ਕੇ ਕਰਨ ਦੀ ਤਿਆਰੀ ਹੈ ਅਤੇ ਲਗਾਤਾਰ ਉਸ ਦਿਨ ਤੋਂ ਬਾਅਦ ਅਤੇ ਵਾਹਿਗੁਰੂ ਨੇ ਬਹੁਤ ਬਖਸ਼ਿਸ਼ ਕੀਤੀ ਆ ਅਤੇ ਸਾਡਾ ਅਸਲੀ ਇਤਿਹਾਸ ਹੈ ਹੀ ਇੱਥੇ ਅਸੀਂ ਭੁੱਲ ਜਾਂਦੇ ਹਾਂ ਵੀ ਜਿਹੜੇ ਮੈਂ ਕਹਿੰਦਾ ਵੀ ਲੱਚਰ ਗੀਤ ਗਾਉਂਦੇ ਨੇ ਜਾਂ ਸੁਣਦੇ ਨੇ ਗੁਰੂ ਸਾਹਿਬ ਜੀ ਨੇ ਸਾਨੂੰ ਐਡਾ ਵੱਡਾ ਬਹੁਮੁੱਲਾ ਖਜ਼ਾਨਾ ਜਿਹੜਾ ਬਖਸ਼ਿਸ਼ ਕੀਤਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਹ ਵੀ 31 ਰਾਗਾਂ ਦੇ ਵਿੱਚ ਹੈ ਅਤੇ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਕਿੱਡਾ ਸਾਡੇ ਮਨ ਨੂੰ ਜਿਹੜੀ ਸ਼ਾਂਤੀ ਆ ਉਹ ਮਿਲਦੀ ਹੈ ਅਤੇ ਪਰ ਅਸੀਂ ਉਹ ਗੁਰੂ ਸਾਹਿਬ ਜੀ ਨੇ ਜਿਹੜਾ ਕਿਹਾ ਨਾ ਵੀ ਸਤਿਗੁਰੂ ਵਾਜੋਂ ਹੋਰ ਕੱਚੀ ਹੈ ਬਾਣੀ ਅਤੇ ਜਦੋਂ ਅਸੀਂ ਇੱਦਾਂ ਦੇ ਲਚਰ ਗੀਤ ਸੁਣ ਕੇ ਅਤੇ ਸਾਡੇ ਪਰਿਵਾਰਾਂ 'ਚ ਐਕਚੁਲੀ ਸਿਸਟਮ ਇਹ ਹੋ ਗਿਆ ਪੰਜਾਬ 'ਚ ਵੀ ਖਾਸ ਕਰਕੇ ਹੁਣ ਵੀ ਸਾਡੇ ਘਰਾਂ 'ਚ ਗੀਤ ਹਰ ਟਾਈਮ ਚੱਲਦੇ ਆ ਕੋਈ ਟੀਵੀ ਦੇਖਦਾ ਚਾਹੇ ਨਹੀਂ ਦੇਖਦਾ ਤਾਂ ਉਹਦਾ ਅਸਰ ਜਿਹੜਾ ਉਹ ਬੱਚਿਆਂ 'ਚ ਆ ਰਿਹਾ ਅਤੇ ਪਹਿਲਾਂ ਜਦੋਂ ਪੁਰਾਣਾ ਸਮਾਂ ਹੁੰਦਾ ਸੀ ਸਾਨੂੰ ਅੱਜ ਵੀ ਯਾਦ ਹੈ ਸਾਡੇ ਦਾਦੀ ਜੀ ਜੇ ਉਹਨਾਂ ਨੇ ਰਸੋਈ 'ਚ ਕੰਮ ਕਰਨਾ ਦੁੱਧ ਰਿੜਕਣਾ ਹੈ ਅਤੇ ਸਾਡੇ ਮਾਤਾ ਜੀ ਪਾਠ ਨਹੀਂ ਸੀ ਕਰਦੇ ਤਾਂ ਵਾਹਿਗੁਰੂ ਕਰੀ ਜਾਂਦੇ ਸੀ ਤਾਂ ਉਹਦਾ ਅਸਰ ਖੁਰਾਕ 'ਚ ਜਾਂਦਾ ਸੀਗਾ ਤਾਂ ਬੱਚਿਆਂ 'ਚ ਵੀ ਜਾਂਦਾ ਸੀਗਾ ਤਾਂ ਇਹ ਕਿਹਾ ਜਾਂਦਾ ਕਿ ਜੈਸਾ ਆਨ ਤੈਸਾ ਮਨ ਹਾਂਜੀ ਅੱਜ ਮਾਵਾਂ ਮੋਬਾਈਲ ਫੋਨ 'ਤੇ ਲੱਗੀਆਂ ਹੁੰਦੀਆਂ ਨੇ ਨਾਲੇ ਰੋਟੀ ਬਣਾਉਂਦੀਆਂ ਨੇ ਫਿਰ ਉਹੀ ਕੁਛ ਬੱਚਿਆਂ ਦੇ ਵਿੱਚ ਜਾਂਦਾ ਪ੍ਰਵੇਸ਼ ਹੁੰਦਾ ਪਹਿਲੇ 'ਚ ਆਹ ਵੀ ਹੁੰਦਾ ਸੀ ਜਦੋਂ ਮਾਵਾਂ ਪ੍ਰੈਗਨੈਂਟ ਹੁੰਦੀਆਂ ਸੀਗੀਆਂ ਗਰਭਵਤੀ ਤਾਂ ਮਾਵਾਂ ਸਹਿਜ ਪਾਠ ਕਰਦੀਆਂ ਸੀਗੀਆਂ ਜਦ ਦਿਨ ਤੱਕ ਉਹਨਾਂ ਦਾ ਬੱਚਾ ਜਨਮ ਨਹੀਂ ਸੀ ਲੈਂਦਾ ਪਰ ਅਜੋਕੇ ਸਮੇਂ 'ਚ ਅੱਜ 21ਵੀਂ ਸਦੀ ਹੋ ਗਈ ਹੈ ਮੈਂ ਇਹ ਸਹਿਜ ਪਾਠ ਦੀ ਵੀ ਆਪ ਜੀ ਦੇ ਨਾਲ ਗੱਲ ਸ਼ੇਅਰ ਕਰਨਾ ਚਾਹੂੰਗਾ ਜਦੋਂ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਜੁੜੇ ਤਾਂ ਸਹਿਜ ਪਾਠ ਜਿਹੜੀ ਲਹਿਰ ਉਹਨਾਂ ਸ਼ੁਰੂ ਕੀਤੀ ਸੀ ਅਤੇ ਅਸੀਂ ਵੀ ਸਹਿਜ ਪਾਠ ਘਰ 'ਚ ਆਰੰਭ ਕੀਤਾ ਜਦੋਂ ਇਹਦਾ ਜਨਮ ਹੋਣਾ ਸੀ ਇਹਦੀ ਮਾਤਾ ਨੇ ਸਹਿਜ ਪਾਠ ਕੀਤਾ ਔਰ ਜਿੰਨੀਆਂ ਇਤਿਹਾਸਿਕ ਕਿਤਾਬਾਂ ਪੜ੍ਹ ਸਕੀ ਜੀ ਉਹ ਪੜ੍ਹੀਆਂ ਅਤੇ ਵਾਹਿਗੁਰੂ ਦੀ ਇਹੋ ਜਿਹੀ ਕਿਰਪਾ ਹੋਈ ਅਤੇ ਜਿੰਨਾ ਵੀ ਇਤਿਹਾਸ ਇਹਦੀ ਮਾਤਾ ਨੇ ਪੜ੍ਹਿਆ ਸੀ ਉਹਨੂੰ ਯਾਦ ਹੈ ਹੁਣ ਵੀ ਯਾਦ ਹੈ
ਪੁੱਛ ਸਕਦੇ ਹਾਂ ਤੁਸੀਂ ਕਿਸੇ ਵੀ ਇਤਿਹਾਸ ਚੋਂ, ਪੁਰਾਣੇ ਇਤਿਹਾਸ ਚੋਂ ਵੀ ਪੁੱਛ ਸਕਦੇ ਹੋ, ਜਿਵੇਂ ਸ਼ਹੀਦ ਸਿੰਘਾਂ ਚੋਂ ਆਪਣੇ ਚੋਂ ਪੁੱਛ ਸਕਦੇ ਹੋ, ਅਤੇ ਇਹਦੇ ਬਾਰੇ ਦੋ ਸਹਿਜ ਪਾਠਾਂ ਦੀ ਵੀ ਸੇਵਾ ਜਿਹੜੀ ਵਾਹਿਗੁਰੂ ਜੀ ਨੇ ਲਈ, ਅਤੇ ਗੁਰਬਾਣੀ ਝੱਟ ਯਾਦ, ਇਹ ਰਿਜ਼ਲਟ ਇਹਦਾ ਹੀ ਤਾਂ ਹੀ ਹੈ ਕਿਉਂਕਿ ਅੱਜ ਤੱਕ ਇਹਨਾਂ ਨੇ ਕਦੀ ਕੋਈ ਗਾਣਾ ਸੁਣਿਆ ਜਾਂ ਗਾਇਆ ਵੀ ਨਹੀਂ ਹੈਗਾ ਜੀ। ਅਤੇ ਅਸੀਂ ਜੇ ਬੱਚਿਆਂ ਨੂੰ ਸਿਰਫ ਨਾ ਇੱਕ ਕੋਸ਼ਿਸ਼ ਕਰ ਲਈਏ ਵੀ ਅੱਜ ਕੱਲ੍ਹ ਟਿਕਟੋਕ 'ਤੇ ਆ ਜਾਂ ਇੰਸਟਾ 'ਤੇ ਆ ਵੀ ਨਚਾਰ ਬਣਾਈ ਜਾ ਰਹੇ ਹਾਂ, ਸਾਡਾ ਅਸਲੀ ਵਿਰਸਾ ਇਹ ਆ, ਅਤੇ ਅਸੀਂ ਅਸਲੀ ਵਿਰਸੇ ਨੂੰ ਛੱਡ ਕੇ, ਆਪਣੇ ਯੋਧਿਆਂ ਦੇ ਇਤਿਹਾਸ ਨੂੰ ਛੱਡ ਕੇ, ਐਡਾ ਮਹਾਨ ਇਤਿਹਾਸ ਹੈ ਸਾਡਾ ਉਹਨੂੰ ਛੱਡ ਕੇ ਅਸੀਂ ਹੋਰ ਪਾਸੇ ਨੂੰ ਤੁਰ ਗਏ। ਪਰ ਇਹ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੜਾ ਵੱਡਾ ਪੰਜਾਬ ਦੇ ਵਿੱਚ ਉਪਰਾਲਾ ਕੀਤਾ ਜਾ ਰਿਹਾ। ਇੱਕ ਤਾਂ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਵਿੱਦਿਆ ਦਾ ਲੰਗਰ ਲਾਇਆ ਹੋਇਆ, ਔਰ ਉਹਦੇ ਨਾਲ ਨਾਲ ਬੱਚਿਆਂ ਨੂੰ ਇਹ ਜਿਹੜੀ ਧਾਰਮਿਕ ਸਿੱਖਿਆ ਤੇ ਆਪਣੇ ਇਤਿਹਾਸ ਹੈ ਜਿਹੜਾ ਉਹਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾ ਰਿਹਾ ਜੀ। ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਇੱਕ ਦਸ਼ਕਾਂ ਵੱਲੋਂ ਗੱਲ ਪੁੱਛਣੀ, ਜਿਹੜੇ ਤੁਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਗੱਲ ਕਰਦੇ ਪਏ ਹੋ, ਇਹ ਯੂਕੇ ਵਿੱਚ ਜਾਂ ਪੰਜਾਬ 'ਚ ਕਿਹੜੇ ਕਿਹੜੇ ਸ਼ਹਿਰ ਵਿੱਚ ਤੋਂ ਇਹਨਾਂ ਨੇ ਕੀਤੀ ਹੋਈ? ਹਾਂਜੀ, ਕਿੱਥੇ ਚੱਲ ਰਹੇ ਨੇ? ਹਾਂਜੀ, ਐਜੂਕੇਟ ਪੰਜਾਬ ਪ੍ਰੋਜੈਕਟ ਦਾ ਲੁਧਿਆਣੇ ਵਿਖੇ ਮੇਨ ਆਫਿਸ ਹੈ ਜੀ, ਤੇ ਬੈਗੋਆਣੇ 'ਚ। ਉੱਥੇ ਵੱਡਾ ਸਕੂਲ ਬਣਿਆ ਹੋਇਆ ਇੱਕ, ਉੱਥੇ ਪਲੱਸ ਟੂ ਤੱਕ ਦਾ ਸਕੂਲ ਹੋ ਗਿਆ ਹੁਣ। ਉਹਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਨੇ ਉਹ ਸਾਰੇ ਤੰਤੀ ਸਾਜ਼ਾਂ ਰਾਹੀਂ ਕੀਰਤਨ ਵੀ ਸਿੱਖਦੇ ਨੇ, ਨਾਲ ਸਹਿਜ ਪਾਠ ਵੀ ਕਰਦੇ ਨੇ, ਗੁਰਬਾਣੀ ਕੰਠ ਨਿਤਨੇਮ ਸਾਰਾ ਕੁਛ, ਔਰ ਉਹਦੇ ਨਾਲ ਨਾਲ ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਬਿਲਕੁਲ ਫ੍ਰੀ ਹੈ ਜੀ। ਯਾਨੀ ਕਿ ਬੱਚਿਆਂ ਨੂੰ ਕੁਛ ਵੀ ਨਹੀਂ ਖਰੀਦਣਾ ਆਪਣੇ ਕੋਲੋਂ, ਬੱਚਿਆਂ ਨੂੰ ਕਿਤਾਬਾਂ ਯੂਨੀਫਾਰਮ ਤੋਂ ਲੈ ਕੇ ਸਭ ਕੁਛ ਜਿਹੜਾ ਫ੍ਰੀ ਦਿੱਤਾ ਜਾਂਦਾ ਕਿਸੇ ਜਿਹੜੀ ਕਲਾਸ 'ਚ ਪੜ੍ਹਦੇ ਨੇ। ਅਤੇ ਇਸ ਦੇ ਨਾਲ ਨਾਲ 7 ਹੋਰ ਸਕੂਲ ਜਿਹੜੇ ਨੇ ਪੰਜਾਬ 'ਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਚੱਲਦੇ ਨੇ, 2 ਪਟਿਆਲੇ ਚੱਲਦੇ ਨੇ, ਗਿੱਦੜ ਪਿੰਡੀ ਚੱਲਦਾ ਹੈ, ਬਠਿੰਡੇ ਹੈ, ਔਰ ਉਸ ਤੋਂ ਇਲਾਵਾ ਰਾਜਸਥਾਨ ਹੈ ਅਤੇ ਫਿਰੋਜ਼ਪੁਰ 'ਚ ਆ। ਅਤੇ ਇਸ ਤਰ੍ਹਾਂ ਅਕੈਡਮੀਜ਼ ਗੁਰੂ ਨਾਨਕ ਨਾਮ ਦੇ, ਗੁਰੂ ਨਾਨਕ ਅਕੈਡਮੀ ਦੇ ਨਾਮ ਨਾਲ ਜਿਹੜੀਆਂ ਅਕੈਡਮੀਆਂ ਖੁੱਲ੍ਹੀਆਂ ਗਈਆਂ ਨੇ, ਔਰ ਨਰਸਰੀ ਤੋਂ ਹੀ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਆ ਪੜ੍ਹਾਈ ਦੇ ਨਾਲ ਨਾਲ ਦਿੱਤੀ ਜਾਂਦੀ ਹੈ, ਔਰ 6,000+ ਬੱਚਾ ਜਿਹੜਾ ਹੈ ਉਹਨਾਂ ਬੱਚਿਆਂ ਨੂੰ ਸਕਾਲਰਸ਼ਿਪ ਰਾਹੀਂ ਵੱਖ ਵੱਖ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ। ਠੀਕ ਹੈ ਜੀ। ਹਾਂਜੀ, ਅਤੇ ਉਹ ਸਾਰੇ ਬੱਚੇ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ, ਅਤੇ ਉਹਨਾਂ ਨੂੰ ਨਾਲੋਂ ਨਾਲ ਗੁਰਮਤਿ ਦੀ ਸਿੱਖਿਆ ਅਤੇ ਨਾਲੋਂ ਨਾਲ ਉਹਨਾਂ ਦੀ ਪੜ੍ਹਾਈ ਵਾਸਤੇ, ਔਰ ਜਿਹੜੀ ਉਹਨਾਂ ਦੀ ਪੜ੍ਹਾਈ ਦੀ ਸਕਾਲਰਸ਼ਿਪ ਲਗਾਈ ਜਾਂਦੀ, ਉਹ UK ਦੀਆਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਸਹਿਯੋਗ ਕਰਦੀਆਂ ਨੇ ਜੀ। ਵੀ ਆਪਾਂ ਜਿਵੇਂ ਦਸਵੰਦ ਕੱਢਦੇ ਹਾਂ ਆਪਾਂ ਲੰਗਰਾਂ 'ਚ ਦਸਵੰਦ, ਹਾਂਜੀ, ਇਸੇ ਜਿਹੜੀ ਹੈਗੇ ਜਿੱਥੇ ਆਪਾਂ ਸਟਾਲਾਂ ਤੇ ਵੀ ਦੇਖਦੇ ਹਾਂ, ਮੈਨਚੈਸਟਰ ਸਟਾਲ ਜਿੱਥੇ ਕੀਰਤਨ ਦਰਬਾਰ ਹੁੰਦੇ ਨੇ, ਉੱਥੇ ਐਜੂਕੇਟਿਵ ਪੰਜਾਬ ਪ੍ਰੋਜੈਕਟ ਸਟਾਲ ਵੀ ਲੱਗੇ ਹੁੰਦੇ ਨੇ, ਉੱਥੇ ਕਰਕੇ ਹੁੰਦਾ ਹੈ। ਹਾਂਜੀ, ਸੋ ਬਿਲਕੁਲ ਜੀ, ਮੈਨੂੰ ਕਾਫੀ ਸਮੇਂ ਪਹਿਲਾਂ ਆਪਣੇ ਭਾਈ ਸਾਹਿਬ ਜਸਵਿੰਦਰ ਸਿੰਘ ਜੀ, ਤਜਿੰਦਰ ਸਿੰਘ ਜੀ ਆਏ ਸਨ, ਉਹਨਾਂ ਨੇ ਇੱਕ ਸੇਵਾ ਲਾਈ ਸੀ ਕਿ ਚਰਨਜੀਤ ਕੌਰ ਤੁਸੀਂ ਪੰਜਾਬ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵਿੱਚ ਇੱਕ ਵਾਰੀ ਪ੍ਰੋਗਰਾਮ ਕਰਨਾ। ਅਸੀਂ ਉਹਨਾਂ ਨੂੰ 7 ਵਚਨ ਕਿਹਾ ਸੀਗਾ, ਪਰ ਮਹਾਰਾਜ ਨੇ ਤੁਹਾਡੇ ਨਾਲ ਲਿਆ ਕੇ ਉਹ ਕੰਮ ਵੀ ਕਰਵਾਤਾ, ਨਾਲੇ ਰਾਣੂ ਫਤਿਹ ਸਿੰਘ ਐਜੂਕੇਟ ਪੰਜਾਬ ਕਵਿਸ਼ਰੀ ਜਥੇ ਨਾਲ ਵੀ ਮੁਲਾਕਾਤ ਕਰਵਾ ਦਿੱਤੀ ਹੈ। ਸੋ ਮੈਂ ਬੱਚਿਆਂ ਨੂੰ ਵੀ ਬੇਨਤੀ ਕਰਾਂਗੀ, ਕਿਉਂਕਿ ਤੁਹਾਡੀ ਉਮਰ ਬੱਚੇ ਕਿੰਨੀ ਹੈ? ਮੇਰੀ 15 ਸਾਲ। 15 ਸਾਲ ਅਤੇ ਇਹਨਾਂ ਦੀ 9 ਸਾਲ ਦੀ ਉਮਰ ਹੈ। ਅੱਜ ਕੱਲ੍ਹ ਦੇ 9 ਸਾਲ ਅਤੇ 15 ਸਾਲ ਦੇ ਬੱਚੇ ਬਹੁਤ ਕੁਛ ਕਰੀ ਜਾਂਦੇ ਨੇ, ਅਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦਿਓਗੇ? ਦੇਖੋ, ਮੈਸੇਜ ਇਹੀ ਹੈ ਕਿ ਵੀ ਬਾਣੀ ਬਾਣੀ ਨਾਲ ਜੁੜਨਾ ਚਾਹੀਦਾ ਸਾਨੂੰ, ਅਤੇ ਜੋ ਗੁਰਮਤਿ ਦੀ ਗੱਲ ਹੈ ਉਹ ਮੰਨਣੀ ਚਾਹੀਦੀ ਹੈ, ਅਤੇ ਜੇ ਬਾਣੀ ਬਾਣੀ ਨਾਲ ਜੁੜਾਂਗੇ ਅਤੇ ਤਾਂ ਹੀ ਆਪਣਾ ਆਪਾਂ ਸਹੀ ਰਸਤੇ 'ਤੇ ਚੱਲ ਸਕਦੇ ਹਾਂ, ਅਤੇ ਇਹੀ ਮੇਰੀ ਕਹਿਣਾ। ਆਪ ਜੀ ਕੁਛ ਕਹੋਗੇ? ਮੈਂ ਤਾਂ ਜੀ ਕੁਛ ਨਹੀਂ ਕਹਿਣਾ ਚਾਹੂੰਗਾ, ਜੋ ਉਹਨੇ ਕਿਹਾ ਤਾਂ ਮੈਨੂੰ ਵੀ ਉਹੀ ਆ, ਵੀ ਮੇਰੇ ਵੱਲੋਂ ਵੀ ਉਹੀ ਹੈ।
ਬਿਲਕੁਲ ਜੀ, ਵੱਡੇ ਵੀਰ ਦੀ ਗੱਲ ਦੀ ਆਗਿਆ ਦਾ ਪਾਲਣ ਕਰਨਾ ਇਸ ਨੂੰ ਕਹਿੰਦੇ ਨੇ। ਸੋ ਮੈਂ ਧੰਨਵਾਦ ਕਰਦੀ ਹਾਂ, ਬਹੁਤ ਹੀ ਪਿਆਰੇ ਬੱਚੇ ਨੇ। ਤਾਂ ਗੁਰੂ ਮਹਾਰਾਜ ਕੋਲ ਇਹ ਅਰਦਾਸ ਕਰਦੀ ਹਾਂ ਕਿ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਗੁਰੂ ਕਲਗੀਧਰ ਪਾਤਸ਼ਾਹ ਇਹਨਾਂ ਦੇ ਅੰਗ ਸੰਗ ਰਹਿਣ। ਮੈਂ ਸੋ ਇੱਕ ਬੇਨਤੀ ਕਰਨੀ ਸੀ ਵੀ ਇੱਕ 3-4 ਦਿਨਾਂ ਤੋਂ ਬੜਾ ਬਿਆਨ ਜਿਹਾ ਹਨੀ ਸਿੰਘ ਇੱਕ ਪੰਜਾਬੀ ਸਿੰਗਰ ਆ ਜੀ, ਉਹਨੇ ਇੱਕ ਸ਼ੁਰੂਆਤ ਕੀਤੀ ਵੀ ਉਹ ਮੈਂ ਇੱਕ ਗਾਣਾ ਤਿਆਰ ਕੀਤਾ ਸੀ ਮੈਂ ਇਹਨਾਂ ਦੀਆਂ ਨਸਲਾਂ ਦੇ ਵਿੱਚ ਵੀ ਨਸ਼ਾ ਭਰ ਦੂੰਗਾ, ਨਸ਼ਾ ਭਰ ਦੂੰਗਾ। ਉਹ ਬੜਾ ਵਿਵਾਦ ਜਿਹੜਾ ਚੱਲ ਰਿਹਾ ਹੈ ਜੀ, ਅਤੇ ਮੈਂ ਇਹ ਸੁਨੇਹਾ ਦੇਣਾ ਚਾਹੂੰਗਾ ਵੀ ਸਿੱਖ ਕੌਮ ਨੂੰ ਖਤਮ ਕਰਨ ਵਾਲੇ ਬੜੇ ਆਏ, ਬੜਿਆਂ ਨੇ ਕੋਸ਼ਿਸ਼ ਕੀਤੀ, ਮੱਸੇ ਰੰਗੜ ਵਰਗੇ ਵੀ ਆਏ, ਅਹਿਮਦ ਸ਼ਾਹ ਅਬਦਾਲੀ ਵਰਗੇ ਵੀ ਆਏ, ਅਤੇ ਜਿਹੜੇ ਸੋਚਦੇ ਸੀ ਵੀ ਅਸੀਂ ਸਿੱਖਾਂ ਨੂੰ ਖਤਮ ਕਰ ਲਾਂਗੇ ਉਹ ਨਹੀਂ ਕਰ ਪਾਏ। ਅਤੇ ਤੂੰ ਕੀ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਹੈ, ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਪੁੱਤ ਹੋਣ ਦਾ ਜਿਹੜਾ ਮਾਣ ਬਖਸ਼ਿਸ਼ ਕੀਤਾ ਹੈ ਨਾ, ਆਪਣੇ ਪੁੱਤ ਵਾਰ ਕੇ ਅਤੇ ਫਿਰ ਸਾਨੂੰ ਆਪਣੇ ਪੁੱਤਰ ਬਣਾਇਆ ਗੁਰੂ ਸਾਹਿਬ ਜੀ ਨੇ। ਬਿਲਕੁਲ ਜੀ, ਅਤੇ ਉਹਦੇ ਵਾਸਤੇ 2 ਲਾਈਨਾਂ ਬੱਚੇ ਜ਼ਰੂਰ ਗਾਉਣਗੇ ਵੀ ਜਦ ਵੀ ਜ਼ੁਲਮ ਸਿੱਖਾਂ 'ਤੇ ਹੋਇਆ ਜ਼ੁਲਮ ਨੇ ਹੋਰ ਨਿਖਾਰ ਦਿੱਤੇ। ਬਿਲਕੁਲ, ਆਪ ਜ਼ਰੂਰ ਸਰਵਣਗਰ। ਇਹ ਗੱਲ ਤਵਾਰੀਖ ਨੇ ਮਾਨੀ, ਨਾਨਕ ਸਿੱਖ ਧਰਮ ਦੇ ਬਾਨੀ, ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ, ਜਾਬਰ ਬਹੁਤੀ ਕਰ ਲੁੱਟ ਮਾਰ ਗਿਆ, ਪਾਣੀਪਤ ਦੀ ਜੰਗ ਮੁਗਲ ਤੋਂ ਲੋਧੀ ਹਾਰ ਗਿਆ ਜੀ, ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ, ਸਾਜਵੇਂ ਆਈਆਂ ਰੰਡੀਆਂ, ਏਤੀ ਮਾਰ ਪਈ ਕੁਰਲਾਣੇ, ਮਿੱਠੇ ਗੁਰ ਕਰ ਮੱਲੇ ਭਾਣੇ, ਜੋ ਵਰਤਾ ਕਰਤਾਰ ਦਿੱਤੇ, ਜਦ ਵੀ ਜ਼ੁਲਮ ਸਿੱਖਾਂ ਤੇ ਹੋਏ, ਜ਼ੁਲਮ ਨੇ ਹੋਰ ਨਿਖਾਰ ਦਿੱਤੇ, ਹੋ ਛੇਵੇਂ ਗੁਰੂ ਨਾ ਦੀਨ ਕਬੂਲਣੇ ਓ ਛੇਵੇਂ ਗੁਰੂ ਨਾ ਦੀਨ ਕਬੂਲਣ, ਗਲ ਵਿੱਚ 2 ਤਲਵਾਰਾਂ ਝੂਲਣ, ਖੇਡ ਸ਼ਿਕਾਰ ਮਾਣ ਦੇ ਮੌਜ ਕਰਕੇ ਤਿਆਰ ਸਿੱਖਾਂ ਦੀ ਫੌਜ, ਆਹੂ ਲਾ ਤੇ ਮੁਗਲਾਂ ਦੇ 4 ਲੜਾਈਆਂ ਲੜੀਆਂ, ਛੱਕੇ ਛੜਾ ਤੇ ਮੁਗਲਾਂ ਦੇ, ਹੋ ਇੱਕ ਥਾਂ ਕਰੀ ਵਾਰ ਸਿੱਖ ਪਾਵਰ, ਤਖਤ ਅਕਾਲ ਉਸਾਰਿਆ ਟਾਵਰ, ਜਿਸ ਥਾਂ ਸਤਿਗੁਰ ਲਾਉਣ ਕਚਹਿਰੀ, ਕਰਦੇ ਆ ਫਰਿਆਦਾਂ ਸ਼ਹਿਰੀ, ਸਭ ਦੇ ਘਾ ਸਵਾਰ ਦਿੱਤੇ, ਜਦ ਵੀ ਜ਼ੁਲਮ ਸਿੱਖਾਂ ਤੇ ਹੋਏ, ਜ਼ੁਲਮ ਨੇ ਹੋਰ ਨਕਾਰ ਦਿੱਤੇ, ਜਦ ਵੀ ਜ਼ੁਲਮ ਸਿੱਖਾਂ ਤੇ ਹੋਏ, ਜ਼ੁਲਮ ਨੇ ਹੋਰ ਨਕਾਰ ਦਿੱਤੇ। ਸੋ ਇਹ ਆ ਵੀ ਜਦੋਂ ਜਦੋਂ ਵੀ ਕੋਈ ਸਿੱਖ ਕੌਮ 'ਤੇ ਜ਼ੁਲਮ ਕਰਦਾ ਇਹ ਨਿਖਰ ਕੇ ਹੋਰ ਸਾਹਮਣੇ ਆਉਂਦੀ ਹੈ। ਗੁਰੂ ਸਾਹਿਬ ਜੀ ਦਾ ਬਖਸ਼ੀ ਹੋਈ ਦਾਤ ਸਿੱਖੀ ਹੈ, ਸਿੱਖੀ ਕਦੀ ਖਤਮ ਨਹੀਂ ਹੋ ਸਕਦੀ, ਅਤੇ ਇਹਨਾਂ ਚੀਜ਼ਾਂ ਤੋਂ ਘਬਰਾਉਣਾ ਵੀ ਨਹੀਂ ਚਾਹੀਦਾ ਸਾਨੂੰ, ਇਵੇਂ ਦੇ ਲੋਕਾਂ ਵੱਲ ਧਿਆਨ ਵੀ ਨਹੀਂ ਦੇਣਾ ਚਾਹੀਦਾ, ਪਰ ਇਹ ਸੁਨੇਹਾ ਜ਼ਰੂਰ ਹੈ ਸਾਡੀ ਨੌਜਵਾਨ ਪੀੜ੍ਹੀ ਨੂੰ, ਬੱਚਿਆਂ ਨੂੰ, ਕਿ ਗੁਰਬਾਣੀ ਨਾਲ ਜ਼ਰੂਰ ਜੁੜੋ ਅਤੇ ਆਪਣਾ ਇਤਿਹਾਸ ਸੁਣੋ। ਅਤੇ ਸੰਗਤਾਂ ਨੂੰ ਮੇਰੇ ਵੱਲੋਂ ਇੱਕ ਅਪੀਲ ਜ਼ਰੂਰ ਆ, ਬੇਨਤੀ ਵੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਜਿਹੜਾ ਬਹੁਤ ਵੱਡਾ ਉਪਰਾਲਾ ਕਰ ਰਿਹਾ, ਆਪ ਸੰਗਤਾਂ ਜ਼ਰੂਰ ਸਹਿਯੋਗ ਦਿਓ। ਤੁਸੀਂ ਔਨਲਾਈਨ ਵੀ ਐਜੂਕੇਟ ਪੰਜਾਬ ਪ੍ਰੋਜੈਕਟ www.educatepunjabproject.net 'ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਬੜਾ ਹੀ ਵਧੀਆ ਉਪਰਾਲਾ ਹੈ ਕਿ ਜੋ ਵੀ ਸੰਗਤਾਂ ਵੱਲੋਂ ਦਸਵੰਧ ਦਿੱਤਾ ਜਾਂਦਾ ਉਹ 100% ਬੱਚੇ ਨੂੰ ਦਿੱਤਾ ਜਾਂਦਾ। ਅੱਜ ਤੱਕ ਕੋਈ ਤੁਹਾਨੂੰ ਸੰਸਥਾ ਇਹ ਦਾਅਵਾ ਨਹੀਂ ਕਰੂਗੀ ਕਿ 100% ਜੋ ਵੀ ਤੁਸੀਂ ਦੇ ਰਹੇ ਹੋ ਉਹ ਬੱਚੇ ਕੋਲ ਜਾ ਰਿਹਾ, ਅਤੇ ਐਜੂਕੇਟ ਪੰਜਾਬ ਪ੍ਰੋਜੈਕਟ ਤੁਹਾਡੇ ਨਾਲ ਇਹ ਵਾਅਦਾ ਕਰਦਾ ਵੀ ਤੁਸੀਂ ਕਦੀ ਵੀ ਚੈੱਕ ਕਰ ਸਕਦੇ ਹੋ। ਉਹ ਬੱਚੇ ਦਾ ਕੰਟੈਕਟ ਨੰਬਰ ਸਭ ਕੁਛ ਦਿੱਤਾ ਜਾਂਦਾ ਜਿਹੜਾ ਬੱਚੇ ਨੂੰ ਪੜ੍ਹਾਈ ਦੀ ਬਾਂਹ ਫੜਦਾ, ਅਤੇ ਲੋੜ ਆ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਇੱਕ ਲੋੜਵੰਦ ਬੱਚੇ ਦੀ ਪੜ੍ਹਾਈ ਲਈ ਬਾਂਹ ਫੜੀਏ ਜੀ। ਵਿੱਦਿਆ ਦੇ ਲੰਗਰ 'ਚ ਬਿਲਕੁਲ ਜੀ, ਅਸੀਂ ਗੱਲਾਂ ਤਾਂ ਹੋਰ ਵੀ ਬਹੁਤ ਕਰਨਾ ਚਾਹੁੰਦੇ ਹਾਂ ਪਰ ਹੁਣ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਅਤੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਭਾਈ ਸਾਹਿਬ ਜੀ ਨਾਲ ਦੁਬਾਰਾ ਇੱਕ ਵਾਰੀ
ਖਾਸ ਐਜੂਕੇਟ ਪੰਜਾਬ ਪ੍ਰੋਜੈਕਟ 'ਤੇ ਹੀ ਗੱਲਬਾਤ ਕਰਕੇ ਤੁਹਾਡੇ ਨਾਲ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕਰੀਏ। ਸੋ ਵੀਰ ਜੀ, ਆਪ ਜੀ ਦਾ ਅਤੇ ਬੱਚਿਆਂ ਦਾ ਜਥੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦੀ ਹਾਂ ਅਤੇ ਬਹੁਤ ਬਹੁਤ ਜੀ ਆਇਆਂ ਨੂੰ ਆਪ ਜੀ ਨੂੰ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਅਤੇ ਅਸੀਂ ਮਿਲਾਂਗੇ ਫਿਰ। ਆਓ ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।